ਦੇਖੋ ਦਿਮਾਗੀ ਤੌਰ ਤੇ ਬਿਮਾਰ 7 ਸਾਲਾ ਬੱਚੀ ਜੋ ਲੁਧਿਆਣਾ ਤੋਂ ਗਾਇਬ ਹੋਈ ਸੀ ਆਖਿਰ ਕਿੱਥੋਂ ਕੀਤੀ ਪੁਲਿਸ ਨੇ ਬਰਾਮਦ। ਬੱਚੀ ਨਾਲ ਕੀਤੀ ਗਈ ਬਲਾਤਕਾਰ ਦੀ ਕੋਸ਼ਿਸ਼। ਇੱਕ ਪਰਸੋਂ ਛੋਟੀ ਬੱਚੀ ਸੀ, 7.5 ਸਾਲ ਦੀ ਸੀ, ਥੋੜ੍ਹੀ ਜਿਹੀ ਉਹਦੇ 'ਚ ਮਤਲਬ ਦਿਮਾਗੀ ਤੌਰ 'ਤੇ ਵੀਕ ਸੀਗੀ। ਉਹ ਘਰ ਦੇ ਬਾਹਰ ਖੇਡ ਰਹੀ ਸੀ, ਜਿਹੜੇ ਉਹਦੇ ਪੇਰੈਂਟਸ ਸੀਗੇ ਉਹ ਦੋਨੇ ਇੱਕ ਫੈਕਟਰੀ 'ਚ ਲੱਗਿਆ ਹੋਇਆ, ਦੂਜੀ ਇਹਦੀ ਮਦਰ ਵੀ ਕੰਮ ਕੁੰਮ ਕਰਦੀ ਹੈ ਨੇੜੇ ਤੇੜੇ, ਗਰੀਬ ਫੈਮਿਲੀ ਦੀ ਸੀ। ਉਹ ਖੇਡਦੀ ਖੇਡਦੀ ਉਹਨਾਂ ਨੇ ਦੱਸਿਆ ਆ ਕੇ ਜਨਕਪੁਰੀ ਡਿਵੀਜ਼ਨ ਨੰਬਰ 2 'ਚ ਇਨਫੋਰਮੇਸ਼ਨ ਦਿੱਤੀ ਵੀ ਕੁੜੀ ਸਾਡੀ ਮਿਲ ਨਹੀਂ ਰਹੀ ਹੁਣ, ਤਾਂ ਇਮੀਡੀਏਟਲੀ ਪੁਲਿਸ ਐਕਸ਼ਨ 'ਚ ਆਈ। ਉਹਨਾਂ ਨੇ ਇਹਨੂੰ ਲੱਭਣ ਲੱਗ ਗਏ, ਫੋਟੇਜ ਵਗੈਰਾ ਚੈੱਕ ਕਰਨ ਲੱਗ ਗਏ, ਤਾਂ ਇੱਕ ਫੈਕਟਰੀ 'ਚੋਂ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਸੀਗੀ, ਤਾਂ ਜਦੋਂ ਉੱਥੇ ਗਏ ਤਾਂ ਉਹ ਕੁੜੀ ਉਹੀ ਸੀ ਜਿਹੜੀ ਜਿਹਨੂੰ ਅਸੀਂ ਲੱਭ ਰਹੇ ਸੀ, ਅਤੇ ਜਿਹੜਾ ਉਹਦਾ ਮੁਲਜ਼ਮ ਸੀਗਾ ਉਹ ਪੁਲਿਸ ਪਾਰਟੀ ਨੂੰ ਕਿਤੇ ਦੇਖ ਕੇ ਪਹਿਲਾਂ ਹੀ ਭੱਜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਲੁਧਿਆਣਾ ਪੁਲਿਸ ਨੇ ਬੀਤੇ ਦਿਨੀ ਸ਼ਹਿਰ 'ਚੋਂ 7 ਸਾਲਾਂ ਦੀ ਬੱਚੀ ਦੇ ਗਾਇਬ ਹੋਣ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅੱਜ ਬੱਚੀ ਨੂੰ ਵੀ ਬਰਾਮਦ ਕਰ ਲਿੱਤਾ ਗਿਆ ਹੈ। ਘਰ ਦੇ ਬਾਹਰ ਖੇਡਦੀ ਹੋਈ ਬੱਚੀ ਜੋ ਕਿ ਦਿਮਾਗੀ ਤੌਰ ਤੇ ਬਿਮਾਰ ਸੀ, ਉਸ ਨੂੰ ਕੋਈ ਵਰਗਲਾ ਕੇ ਨਾਲ ਲੈ ਗਿਆ, ਅਤੇ ਜਦੋਂ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਤਾਂ ਤੁਰੰਤ ਟੀਮਾਂ ਬਣਾ ਕੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਇੱਕ ਫੈਕਟਰੀ ਦੇ ਵਿੱਚੋਂ ਇਹ ਬੱਚੀ ਬਰਾਮਦ ਹੋਈ। ADCP ਗੁਰਪ੍ਰੀਤ ਸਿੰਘ ਸਿਕਾਂਤ ਨੇ ਦੱਸਿਆ ਕਿ ਬੱਚੀ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ 376 ਦੀ ਧਾਰਾ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਮੁਲਜ਼ਮ ਨੂੰ ਚਿੰਤਪੁਰਨੀ ਹਿਮਾਚਲ ਤੋਂ ਕਾਬੂ ਕੀਤਾ ਗਿਆ ਹੈ। ਇੱਕ ਪਰਸੋਂ ਛੋਟੀ ਬੱਚੀ ਸੀ, 7.5 ਸਾਲ ਦੀ ਸੀ, ਥੋੜ੍ਹੀ ਜਿਹੀ ਉਹਦੇ 'ਚ ਮਤਲਬ ਦਿਮਾਗੀ ਤੌਰ 'ਤੇ ਵੀਕ ਸੀਗੀ। ਉਹ ਘਰ ਦੇ ਬਾਹਰ ਖੇਡ ਰਹੀ ਸੀ, ਜਿਹੜੇ ਉਹਦੇ ਪੇਰੈਂਟਸ ਸੀਗੇ ਉਹ ਦੋਨੇ ਇੱਕ ਫੈਕਟਰੀ 'ਚ ਲੱਗਿਆ ਹੋਇਆ, ਦੂਜੀ ਇਹਦੀ ਮਦਰ ਵੀ ਕੰਮ ਕੁੰਮ ਕਰਦੀ ਹੈ ਨੇੜੇ ਤੇੜੇ, ਗਰੀਬ ਫੈਮਿਲੀ ਦੀ ਸੀ। ਉਹ ਖੇਡਦੀ ਖੇਡਦੀ ਉਹਨਾਂ ਨੇ ਦੱਸਿਆ ਆ ਕੇ ਜਨਕਪੁਰੀ ਡਿਵੀਜ਼ਨ ਨੰਬਰ 2 'ਚ ਇਨਫੋਰਮੇਸ਼ਨ ਦਿੱਤੀ ਵੀ ਕੁੜੀ ਸਾਡੀ ਮਿਲ ਨਹੀਂ ਰਹੀ ਹੁਣ, ਤਾਂ ਇਮੀਡੀਏਟਲੀ ਪੁਲਿਸ ਐਕਸ਼ਨ 'ਚ ਆਈ। ਉਹਨਾਂ ਨੇ ਇਹਨੂੰ ਲੱਭਣ ਲੱਗ ਗਏ, ਫੋਟੇਜ ਵਗੈਰਾ ਚੈੱਕ ਕਰਨ ਲੱਗ ਗਏ, ਆਪਣੇ ਜਦੋਂ ਇਹ CP ਸਾਹਿਬ ਦੇ ਧਿਆਨ 'ਚ ਲਿਆਂਦਾ, ਉਹਨਾਂ ਨੇ ਇਮੀਡੀਏਟਲੀ ਸਾਨੂੰ 200 ਬੰਦਿਆਂ ਦੀ ਇੱਕ ਟੀਮ ਰਿਜ਼ਰਵ ਪੁਲਿਸ ਲਾਈਨ 'ਚੋਂ ਸਾਨੂੰ ਪ੍ਰੋਵਾਈਡ ਕਰਾ ਤੀ, ਅਤੇ ਨਾਲ ਇੰਸਟਰਕਸ਼ਨ ਦੇ ਤੀਆਂ ਵੀ 2 ਕਿਲੋਮੀਟਰ ਦੇ ਦਾਇਰੇ 'ਚ ਤੁਸੀਂ ਪ੍ਰੋਪਰ ਇਕੱਲਾ ਇਕੱਲਾ ਘਰ ਫੈਕਟਰੀ ਇਹ ਨਹੀਂ ਸਰਚ ਕਰੋ। ਤਾਂ ਜਿਹੜੀ ਇਹ ਸਰਚ ਹੈ ਆਪਣੇ ਸਰਦਾਰ ਬਰਿਆਮ ਸਿੰਘ ACP ਅਤੇ ਡਿਵੀਜ਼ਨ ਨੰਬਰ 2 ਦੇ SHO ਇੰਸਪੈਕਟਰ ਅਮਨਦੀਪ ਅਤੇ ਰਾਜਵੰਤ ਇੰਚਾਰਜ ਸਾਹਿਬ, ਇਹਨਾਂ ਦੀ ਦੇਖ ਨਿਗਰਾਨੀ ਸ਼ੁਰੂ ਹੋਈ, ਤਾਂ ਇੱਕ ਫੈਕਟਰੀ 'ਚੋਂ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਸੀਗੀ, ਤਾਂ ਜਦੋਂ ਉੱਥੇ ਗਏ ਤਾਂ ਉਹ ਕੁੜੀ ਉਹੀ ਸੀ ਜਿਹੜੀ ਜਿਹਨੂੰ ਅਸੀਂ ਲੱਭ ਰਹੇ ਸੀ, ਤਾਂ ਜਿਹੜਾ ਉਹਦਾ ਮੁਲਜ਼ਮ ਸੀਗਾ ਉਹ ਪੁਲਿਸ ਪਾਰਟੀ ਨੂੰ ਕਿਤੇ ਦੇਖ ਕੇ ਪਹਿਲਾਂ ਹੀ ਭੱਜ ਗਿਆ। ਜਿਹਨੂੰ ਬਾਅਦ 'ਚ ਜਦੋਂ ਸਾਨੂੰ ਪਤਾ ਲੱਗਿਆ, ਉਹਨੂੰ ਜਾ ਕੇ ਅਸੀਂ ਰਾਤ ਨੂੰ ਲੇਟ ਨਾਈਟ ਅਰਲੀ ਮੋਰਨਿੰਗ ਚਿੰਤਪੁਰਨੀ ਹਿਮਾਚਲ ਤੋਂ ਅਰੈਸਟ ਕੀਤਾ। ਉਹਨੂੰ ਬੱਚੀ ਰਿਕਵਰ ਹੋ ਗਈ, ਸੇਫ ਹੈ, ਇਹਦਾ ਮੈਡੀਕਲ ਕਰਾ ਲਿਆ, ਔਰ ਇਹ ਦੱਸਦੀ ਆ ਵੀ ਉਹਨੇ ਮੇਰੇ ਨਾਲ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਅਸੀਂ ਇਹਦਾ ਜਿਹੜਾ ਓਫੈਂਸ ਸੀਗਾ ਉਹ ਇਨਹਾਂਸ ਹੋ ਗਿਆ, 376 ਪਾਸਕੋ ਐਕਟ ਵਗੈਰਾ ਸਾਰਾ ਇਹਦੇ 'ਚ ਹੁਣ ਲੱਗ ਗਿਆ, ਉਹਦੇ 'ਚ ਹੀ ਇਹ ਅਰੈਸਟ ਹੋਇਆ।
ਇਹ ਉਸ ਏਰੀਏ ਜਿੱਥੇ ਫੈਕਟਰੀ ਹੈ, ਆਪਣੇ ਸਰਵਿਸ ਸਟੇਸ਼ਨ ਹੈ ਜਿੱਥੇ ਕੰਮ ਕਰਦਾ ਸੀ, ਉਹ ਸਾਰੇ ਲੋਕ ਤਕਰੀਬਨ ਇਹ ਕਹਿੰਦੇ ਸੀ ਵੀ ਇਹਦਾ ਹਰੇਕ ਆਉਂਦੇ ਜਾਂਦੇ ਬੱਚੇ ਨੂੰ ਛੇੜਖਾਨੀ ਕਰਦਾ, ਗਲਤ ਸੀ ਇਹਦਾ ਕਰੈਕਟਰ, ਠੀਕ ਨਹੀਂ ਸੀ। ਔਰ ਮਾਲਕ ਵੀ ਚਾਹੁੰਦਾ ਸੀ, ਮੈਂ ਉਹਨੂੰ ਕੱਢਣ ਲੱਗਿਆ ਸੀਗਾ, ਉਹ ਬੰਦਾ ਲੱਭ ਰਿਹਾ ਸੀ, ਮਾੜਾ ਸੀ ਕਰੈਕਟਰ ਦਾ। ਥੈਂਕ ਯੂ। ਗੁਰਪ੍ਰੀਤ, ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਜੋ ਫੁੱਲਾਂ ਵਰਗੀਆਂ ਬੱਚੀਆਂ ਨੂੰ ਆਪਣੀ ਹਫਸ ਦਾ ਸ਼ਿਕਾਰ ਬਣਾਉਂਦੇ ਨੇ, ਜੋ ਮਾਨਸਿਕ ਤੌਰ ਦੇ ਉੱਤੇ ਪੀੜਿਤ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ। ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਦਰਿੰਦਿਆਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਕੀ ਸਜ਼ਾਵਾਂ ਦਿੰਦਾ ਹੈ, ਮਾਣਯੋਗ ਅਦਾਲਤ ਇਹਨਾਂ ਨੂੰ ਕੀ ਸਜ਼ਾ ਸੁਣਾਉਂਦੀ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।